ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲਿਖਤ ਸਿਮਰਨ ਦੀਆਂ ਬਰਕਤਾਂ। ਪਹਿਲੇ ਭਾਗ ਵਿੱਚ ਸੁਣੋ ਇਸ ਕਿਤਾਬ ਬਾਰੇ ਜਾਣ ਪਛਾਣ ਅਤੇ ਸਿਮਰਨ ਕੀ ਹੈ ਅਤੇ ਸਿਮਰਨ ਨਾਲ ਜੀਵਨ ਪਲਟ ਜਾਂਦਾ ਹੈ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮਤ ਛੱਡ ਕੇ ਸਨ 1927 ਵਿੱਚ ਦੂਜੀ ਵਾਰੀ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਸੰਸਕ੍ਰਿਤ ਅਤੇ ਗੁਰਬਾਣੀ ਦਾ ਪ੍ਰੋਫੈਸਰ ਜਾ ਬਣਿਆ, ਤਦੋਂ ਉੱਥੇ ਇੱਕ ਵਿਦਿਆਰਥੀ ਜੋਧ ਸਿੰਘ ਵੀ ਪੜ੍ਹਦਾ ਸੀ। ਬੜੇ ਹੀ ਬੀਬੇ ਸੁਭਾਅ ਵਾਲਾ ਸੀ ਇਹ ਵਿਦਿਆਰਥੀ। ਗੁਜਰਾਂਵਾਲੇ ਦੇ ਕਾਲਜ ਤਦੋਂ ਸਿਰਫ ਐਫ਼ਏ ਦੀਆਂ ਜਮਾਤਾਂ ਹੀ ਸਨ। ਜੋਧ ਸਿੰਘ ਉੱਥੋਂ ਐਫ਼ਏ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਦਾਖਲ ਹੋਇਆ ਸਨ 1929 ਵਿੱਚ। ਮੇਰਾ ਵੀ ਅਣਜਲ ਗੁਜਰਾਂਵਾਲੇ ਤੋਂ ਮੁੱਕ ਗਿਆ ਅਤੇ ਮੈਂ ਵੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਗਿਆ। ਜੋਧ ਸਿੰਘ ਇੱਥੋਂ BA ਪਿੱਛੋਂ BT ਕਰਕੇ ਜ਼ਿਲ੍ਹਾ ਸਰਗੋਧੇ ਦੇ ਇੱਕ ਚੱਕ ਦੇ ਖਾਲਸਾ ਸਕੂਲ ਵਿੱਚ ਹੈੱਡ ਮਾਸਟਰ ਜਾ ਬਣਿਆ। ਆਪਣੀ ਮਿਹਨਤ ਅਤੇ ਲਿਆਕਤ ਨਾਲ ਸਰਦਾਰ ਜੋਧ ਸਿੰਘ ਨੇ ਉਸ ਸਕੂਲ ਨੂੰ ਇੱਕ ਵਧੀਆ ਹਾਈ ਸਕੂਲ ਬਣਾ ਲਿਆ। ਪਰ ਸੰਨ 1947 ਦੀ ਦੇਸ਼ ਵੰਡ ਦੇ ਕਾਰਨ ਸਾਰੇ ਪੰਜਾਬ ਵਿੱਚ ਕੌਮ ਵਟਾਂਦਰਾ ਹੋ ਗਿਆ। ਸਾਰੇ ਹਿੰਦੂ ਅਤੇ ਸਿੱਖ ਪੱਛਮੀ ਪਾਕਿਸਤਾਨ ਵਿੱਚੋਂ ਪੂਰਬੀ ਪੰਜਾਬ ਵਿੱਚ ਆ ਗਏ। ਇੱਧਰ ਆ ਕੇ ਸਰਦਾਰ ਜੋਧ ਸਿੰਘ ਨੂੰ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ। ਸੰਨ 1949 ਵਿੱਚ ਉਹਨਾਂ ਮੈਨੂੰ ਪ੍ਰੇਰਨਾ ਕੀਤੀ ਕਿ ਮੈਂ ਸਿਮਰਨ ਉੱਤੇ ਕੁਝ ਮਜ਼ਮੂਨ ਲਿਖਾਂ ਜੋ ਰੇਡੀਓ ਉੱਤੇ ਬੋਲੇ ਜਾ ਸਕਣ। ਉਹਨਾਂ ਦੀ ਪ੍ਰੇਰਨਾ 'ਤੇ ਮੈਂ ਸਿਮਰਨ ਉੱਤੇ 13 ਲੇਖ ਲਿਖੇ ਜੋ ਉਸੇ ਸਾਲ ਹਰੇਕ ਹਫ਼ਤੇ ਇੱਕ ਇੱਕ ਕਰਕੇ ਜਲੰਧਰ ਰੇਡੀਓ ਤੋਂ ਸੁਣਾਏ ਗਏ। ਜੂਨ ਸੰਨ 1950 ਤੋਂ ਮਾਸਕ ਪੱਤਰ ਸੰਤ ਸਿਪਾਹੀ ਵਿੱਚ ਇਹ ਸਾਰੇ ਲੇਖ ਹਰ ਮਹੀਨੇ ਇੱਕ ਇੱਕ ਕਰਕੇ ਛਪਣੇ ਸ਼ੁਰੂ ਹੋਏ। ਸੰਨ 1930 ਵਿੱਚ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਆ ਚੁੱਕਾ ਸਾਂ, ਤਦੋਂ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਦੇ ਪੁਸਤਕਾਂ ਵਾਲੇ ਭਾਈ ਕਿਰਪਾਲ ਸਿੰਘ ਬਲਬੀਰ ਸਿੰਘ ਦੀ ਪ੍ਰੇਰਨਾ 'ਤੇ ਮੈਂ ਉਹਨਾਂ ਨੂੰ ਇੱਕ ਛੋਟੀ ਜਿਹੀ ਪੁਸਤਕ ਰੱਬੀ ਜਲਵਾ ਲਿਖ ਕੇ ਛਾਪਣ ਲਈ ਦਿੱਤੀ। ਭਾਈ ਕਿਰਪਾਲ ਸਿੰਘ ਜੀ ਨਾਲ ਜੈਤੋ ਮੋਰਚੇ ਵੇਲੇ ਸੰਨ 1923 ਵਿੱਚ ਮੇਰੀ ਸਾਂਝ ਬਣੀ ਸੀ। ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਜਥੇ ਵਿੱਚ ਗ੍ਰਿਫਤਾਰ ਹੋਏ ਸਨ। ਉਸ ਪੁਸਤਕ ਰੱਬੀ ਜਲਵਾ ਤੋਂ ਸੰਖੇਪ ਸ਼ਕਲ ਵਿੱਚ ਇੱਕ ਲੇਖ ਜਗਦੇ ਦੀਵੇ ਤੋਂ ਦੀਵਾ ਤਿਆਰ ਕੀਤਾ, ਜੋ ਦਸੰਬਰ 1961 ਦੇ ਮਾਸਕ ਪੱਤਰ ਗੁਰਮਤਿ ਪ੍ਰਕਾਸ਼ ਵਿੱਚ ਛਪਿਆ ਸੀ। ਲੇਖ ਜੀਵਨ ਪ੍ਰਣ ਮਾਸਕ ਪੱਤਰ ਗੁਰਮਤਿ ਪ੍ਰਕਾਸ਼ ਦੇ ਅਪ੍ਰੈਲ 1961 ਦੇ ਪਰਚੇ ਵਿੱਚ ਛਪਿਆ ਸੀ। ਉੱਥੇ ਇਸਦਾ ਸਿਰਲੇਖ ਸੀ ਅੰਮ੍ਰਿਤ, ਹੁਣ ਉਹ ਸਿਰਲੇਖ ਬਦਲ ਦਿੱਤਾ ਹੈ। ਮੇਰੀ ਪੁਸਤਕ ਬੁਰਾਈ ਦਾ ਟਾਕਰਾ ਧਾਰਮਿਕ ਲੇਖ ਵਿੱਚ ਇੱਕ ਮੇਰਾ ਲੇਖ ਅੰਮ੍ਰਿਤ ਦੇ ਸਿਰਲੇਖ ਹੇਠ ਹੈ। ਇਹਨਾਂ ਦੋਹਾਂ ਲੇਖਾਂ ਦਾ ਕੇਂਦਰੀ ਭਾਵ ਤਾਂ ਇੱਕੋ ਹੀ ਹੈ, ਪਰ ਦੋਵੇਂ ਲੇਖ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਲਿਖੇ ਹੋਏ ਹਨ। ਮੈਂ ਜ਼ਾਤੀ ਤਜਰਬੇ ਤੋਂ ਦੇਖਿਆ ਹੈ ਕਿ ਅੱਜ ਕੱਲ੍ਹ ਦੇ ਅੰਗਰੇਜ਼ੀ ਪੜ੍ਹੇ ਲਿਖੇ ਸਿੱਖ ਗੱਭਰੂਆਂ ਨੇ ਗੁਰਬਾਣੀ ਬਾਰੇ ਮੇਰੀ ਕੀਤੀ ਮਿਹਨਤ ਨੂੰ ਪਸੰਦ ਕੀਤਾ ਹੈ। ਗੁਰਬਾਣੀ ਅਤੇ ਗੁਰਮਤਿ ਬਾਰੇ ਇਤਨੀ ਮਿਹਨਤ ਕਰਨ ਲਈ ਮੈਨੂੰ ਸਿੱਖ ਨੌਜਵਾਨਾਂ ਵੱਲੋਂ ਬਹੁਤ ਉਤਸ਼ਾਹ ਮਿਲਦਾ ਰਿਹਾ ਹੈ। ਲੇਖਾਂ ਦੀ ਇਸ ਪੁਸਤਕ ਵਿੱਚ ਮੈਂ ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਜਾਣ ਬੁੱਝ ਕੇ ਦੇ ਰਿਹਾ ਹਾਂ। ਇਸ ਸ਼ਬਦ ਬਾਰੇ ਸਿੱਖ ਵਿਦਵਾਨਾਂ ਨੂੰ ਬੜੇ ਟਪਲੇ ਲੱਗਦੇ ਆ ਰਹੇ ਹਨ।
ਉਹਨਾਂ ਟਪਲਿਆਂ ਦੇ ਕਾਰਨ ਕਈ ਸੱਜਣ ਤਾਂ ਭਗਤ ਬਾਣੀ ਵੱਲੋਂ ਰੋਸਦੇ ਹੀ ਜਾ ਰਹੇ ਹਨ। ਹੋ ਸਕਦਾ ਹੈ ਕਿ ਮੇਰੀ ਇਸ ਸ਼ਬਦ ਦੀ ਵਿਆਖਿਆ ਕਈ ਥਿੜਕਦੇ ਮਨਾਂ ਨੂੰ ਥੰਮੀ ਦੇ ਸਕੇ। ਮੈਨੂੰ ਇਹ ਵੀ ਆਸ ਹੈ ਕਿ ਪੜ੍ਹੇ ਲਿਖੇ ਸਿੱਖ ਨੌਜਵਾਨ ਵੀ ਭਗਤ ਬਾਣੀ ਵੱਲ ਵਧੀਕ ਰੁਚੀ ਬਣਾਉਣਗੇ। ਕੁਝ ਸਾਲਾਂ ਤੋਂ ਸਿੰਘ ਬਰਦ ਵਾਲਿਆਂ ਨੇ ਮੇਰੀਆਂ ਗੁਰਮਤ ਗੁਰਬਾਣੀ ਬਾਰੇ ਪੁਸਤਕਾਂ ਛਾਪਣੀਆਂ ਸ਼ੁਰੂ ਕੀਤੀਆਂ ਹਨ। ਪਹਿਲਾਂ ਸੰਨ 1949 ਤੋਂ ਛਪਣ ਦਾ ਕੰਮ ਮੈਂ ਆਪ ਹੀ ਕਰਨ 'ਤੇ ਮਜਬੂਰ ਹੋਇਆ ਸਾਂ, ਪਰ ਪਾਠਕਾਂ ਦੇ ਹੱਥਾਂ ਤੱਕ ਪੁਸਤਕਾਂ ਅਪੜਾਉਣੀਆਂ ਵੀ ਭਾਰੀ ਤਜਰਬੇ ਦਾ ਕੰਮ ਹੈ ਅਤੇ ਮੈਂ ਇਸ ਵਿੱਚ ਫੇਲ ਹੋ ਗਿਆ। ਸਿੰਘ ਬ੍ਰਦਰਸ ਨੇ ਮੈਨੂੰ ਇਸ ਔਕੜ ਵਿੱਚੋਂ ਕੱਢਿਆ, ਪਰ ਦੁਕਾਨਦਾਰ ਦੇ ਸਾਹਮਣੇ ਵੀ ਹੋਰ ਗ੍ਰਿਸਤੀਆਂ ਵਾਂਗ ਆਜੀਵਿਕਾ ਦਾ ਸਵਾਲ ਹੈ। ਪਾਠਕਾਂ ਦਾ ਉਤਸ਼ਾਹ ਉਹਨਾਂ ਦੀ ਲੋੜ ਤੋਂ ਕਾਫੀ ਕੱਸਾ ਹੈ, ਸੋ ਮਾਇਕ ਔਕੜਾਂ ਦੇ ਕਾਰਨ ਕੁਝ ਲਿਖੀਆਂ ਪੁਸਤਕਾਂ ਅਣਛਪੀਆਂ ਹੀ ਪਈਆਂ ਆ ਰਹੀਆਂ ਹਨ। ਲੇਖਾਂ ਦੀ ਇਸ ਤੋਂ ਪਹਿਲੀ ਪੁਸਤਕ ਸਿੱਖ ਸਿਦਕ ਨਾ ਹਾਰੇ ਅਗਸਤ ਸੰਨ 1962 ਵਿੱਚ ਛਪੀ ਸੀ। ਤਦੋਂ ਮੈਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿਧਵਾਂ ਬੇਟ ਵਿੱਚ ਸਾਂ। ਮੇਰਾ ਲੜਕਾ ਡਾਕਟਰ ਦਲਜੀਤ ਸਿੰਘ ਤਬਦੀਲ ਹੋ ਕੇ ਉੱਥੇ ਚਲਾ ਗਿਆ ਸੀ ਅਤੇ ਮੈਂ ਵੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੀ ਮੁਲਾਜ਼ਮਤ ਛੱਡ ਕੇ ਸਿਧਵਾਂ ਬੇਟ ਹੀ ਚਲਾ ਗਿਆ ਸਾਂ। ਉਸ ਵਕਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਛਪਾਈ ਸ਼ੁਰੂ ਹੋ ਚੁੱਕੀ ਸੀ। ਮਿਸ਼ਨਰੀ ਕਾਲਜ ਵਿੱਚ ਰਹਿ ਕੇ ਕਾਲਜ ਦੀ ਜ਼ਿੰਮੇਵਾਰੀ ਅਤੇ ਦਰਪਣ ਦੀ ਛਪਾਈ ਦੀ ਦੇਖਭਾਲ, ਇਹ ਦੋਵੇਂ ਕੰਮ ਕਰਨੇ ਮੇਰੇ ਵਾਸਤੇ ਬਹੁਤ ਔਖੇ ਹੋ ਰਹੇ ਸਨ। ਸਿਧਵਾਂ ਬੇਟ ਜਾ ਕੇ ਮੈਨੂੰ ਵਿਹਲ ਹੀ ਵਿਹਲ ਸੀ ਅਤੇ ਮੈਂ ਦਰਪਣ ਦੀ ਛਪਾਈ ਵੱਲ ਆਪਣਾ ਪੂਰਾ ਧਿਆਨ ਦੇ ਸਕਿਆ। ਦਰਪਣ ਦੀ ਛਪਾਈ ਦੇ ਰੁਝੇਵੇਂ ਦੇ ਕਾਰਨ ਹੀ ਲੇਖਾਂ ਦੀ ਇਸ ਕਿਤਾਬ ਵੱਲ ਮੈਂ ਧਿਆਨ ਨਾ ਦੇ ਸਕਿਆ। ਦਰਪਣ ਦੀ ਆਖਰੀ 10ਵੀਂ ਪੋਥੀ 20 ਨਵੰਬਰ 1964 ਨੂੰ ਪਾਠਕਾਂ ਦੇ ਹੱਥਾਂ ਵਿੱਚ ਅੱਪੜੀ। ਤਦੋਂ ਤੱਕ ਸਿਧਵਾਂ ਬੇਟ ਤੋਂ ਵਾਪਸ ਮੈਂ ਮੁੜ ਅੰਮ੍ਰਿਤਸਰ ਆ ਚੁੱਕਾ ਸਾਂ, ਕਿਉਂਕਿ ਮੇਰਾ ਲੜਕਾ ਡਾਕਟਰ ਦਲਜੀਤ ਸਿੰਘ ਉੱਥੋਂ ਤਬਦੀਲ ਹੋ ਕੇ ਫਿਰ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਅੱਖਾਂ ਦੇ ਮਹਿਕਮੇ ਸੀਨੀਅਰ ਲੈਕਚਰਰ ਬਣ ਕੇ 16 ਮਈ ਸੰਨ 1964 ਨੂੰ ਇੱਥੇ ਆ ਗਿਆ। ਸਤੰਬਰ ਸੰਨ 1964 ਤੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ 1 ਘੰਟਾ ਰੋਜ਼ਾਨਾ ਪੜ੍ਹਾਉਣ ਵਾਸਤੇ ਮੈਂ ਫਿਰ ਜਾਣ ਲੱਗ ਪਿਆ। ਅੱਧ ਮਈ ਤੋਂ ਕਾਲਜ ਵਿੱਚ 2 ਮਹੀਨੇ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਅਤੇ ਮੈਂ ਇਸ ਪੁਸਤਕ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਵਾਸਤੇ ਨਵੇਂ ਰੂਪ ਵਿੱਚ ਤਿਆਰ ਕਰ ਸਕਿਆ ਹਾਂ। ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ 4 ਨਵੰਬਰ ਸੰਨ 1929 ਤੋਂ 12 ਅਕਤੂਬਰ 1952 ਤੱਕ 23 ਸਾਲ ਪੰਜਾਬੀ ਅਤੇ ਗੁਰਬਾਣੀ ਪੜ੍ਹਾਉਂਦਾ ਰਿਹਾ ਹਾਂ। ਸੰਨ 1949 ਦਾ ਜ਼ਿਕਰ ਹੈ, ਮਾਰਚ ਦੀ 2 ਤਰੀਕ ਸੀ। ਜੰਗਲ ਦੀ ਅੱਗ ਵਾਂਗੂ ਦਿਲ ਹਿਲਾ ਦੇਣ ਵਾਲੀ ਇਹ ਖਬਰ ਸਾਰੇ ਸਿੱਖ ਜਗਤ ਵਿੱਚ ਖਿਲਰ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵੱਡੇ ਤੁਰਨੇ ਸਿਰ ਕਾਰਕੁਨ ਦੇ ਕਿਸੇ ਝਗੜੇ ਦੇ ਸਿਲਸਿਲੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੱਦ ਵਿੱਚ ਕਿਸੇ ਨੇ ਗੋਲੀ ਚਲਾ ਦਿੱਤੀ। ਸੁਣ ਕੇ ਦਿਲ ਨੂੰ ਬੜੀ ਸੱਟ ਵੱਜੀ। ਮੇਰੀਆਂ ਅੱਖਾਂ ਅੱਗੇ ਉਹ ਨਕਸ਼ਾ ਆ ਗਿਆ ਜਦੋਂ ਮਈ ਸੰਨ 1926 ਵਿੱਚ 2 ਧੜਿਆਂ ਵਿੱਚ ਵੰਡੇ ਹੋਏ ਅਕਾਲੀ ਵੀਰਾਂ ਨੇ ਲਹੂ ਦੀ ਹੋਲੀ ਖੇਡੀ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੁੱਜ ਕੇ ਬੇਅਦਬੀ ਕੀਤੀ ਸੀ। 2 ਮਾਰਚ ਸੰਨ 1949 ਦੀ ਘਟਨਾ ਨੇ ਮੇਰੇ ਦਿਲ ਦੇ ਪੁਰਾਣੇ ਜ਼ਖਮ ਫਿਰ ਛਿੱਲ ਦਿੱਤੇ ਅਤੇ ਮੈਂ ਕਲਮ ਲੈ ਕੇ ਉਸ ਦਿਨ ਉਸ ਬੀਤ ਚੁੱਕੀ ਹਿਰਦੇ ਵੇਦਕ ਦੁਰਘਟਨਾ ਦਾ ਹਾਲ ਥੋੜ੍ਹੇ ਕੁ ਲਫਜ਼ਾਂ ਵਿੱਚ ਲਿਖ ਦਿੱਤਾ।
1926 ਦੀ ਦੁਰਘਟਨਾ ਵੇਲੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਮੀਤ ਸਕੱਤਰ ਸਾਂ ਅਤੇ ਇਸ ਨੇੜਤਾ ਦੇ ਕਾਰਨ ਉਹ ਚੰਦਰੀ ਘਟਨਾ ਅਜੇ ਮੇਰੇ ਦਿਮਾਗ ਵਿੱਚ ਟਿੱਕੀ ਹੋਈ ਸੀ। ਉਹ ਲੇਖ ਮਾਸਕ ਪੱਤਰ ਕਮਲ ਦੇ ਅਕਤੂਬਰ 1949 ਦੇ ਪਰਚੇ ਵਿੱਚ ਛਪਿਆ ਸੀ। ਉਸਦਾ ਸਿਰਲੇਖ ਸੀ ਐੜਾ ਸ਼ਰਧਾ ਭੇਟ ਦੀ ਦੂਜੀ ਕਿਸ਼ਤ। ਹੁਣ ਸਿਰਲੇਖ ਹੈ ਆਚਰਜ ਸ਼ਰਧਾ। ਇਹ ਲੇਖ ਮੈਂ ਇਸ ਪੁਸਤਕ ਵਿੱਚ ਵੀ ਦੇ ਰਿਹਾ ਹਾਂ। ਆਤਮਕ ਜੀਵਨ ਦਾ ਰਸਤਾ ਪਹਾੜੀ ਰਸਤਾ ਹੈ, ਬੜਾ ਔਖਾ ਰਸਤਾ ਹੈ। ਕਿਸੇ ਸਵਾਰਥ ਵਿੱਚ ਫਸ ਕੇ ਧਰਮੀ ਮਨੁੱਖ ਵੀ ਕਈ ਵਾਰੀ ਅਜਿਹਾ ਠੇਡਾ ਖਾ ਜਾਂਦਾ ਹੈ ਕਿ ਆਪਣੇ ਦੀਨ ਦੁਨੀਆ ਦੇ ਵਾਲੀ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੀ ਘੋਰ ਬੇਅਦਬੀ ਕਰਨ ਤੋਂ ਵੀ ਨਹੀਂ ਚੱਕਦਾ ਅਤੇ ਇਸ ਤਰ੍ਹਾਂ ਉੱਚੀ ਪਹਾੜੀ ਉੱਤੇ ਚੜ੍ਹਦਾ ਚੜ੍ਹਦਾ ਠੇਡਾ ਖਾ ਕੇ ਮਨਮੁਖਤਾ ਦੀ ਖੱਡ ਵਿੱਚ ਜਾ ਡਿੱਗਦਾ ਹੈ। ਹਰੇਕ ਆਤਮ ਪੰਥੀ ਨੂੰ ਇਹ ਪੰਥ ਬੀਤੀ ਘਟਨਾ ਸੁਚੇਤ ਰਹਿਣ ਵਿੱਚ ਮਦਦ ਦੇ ਸਕੇਗੀ। ਇੱਕ ਹੋਰ ਲੇਖ ਰਲਾਇਆ ਹੈ ਇਸ ਪੁਸਤਕ ਵਿੱਚ, ਉਹ ਹੈ ਅਧਿਆਤਮਕ ਕਵਿਤਾ ਅਤੇ ਸਮਾਜ। ਇਤਨੇ ਸਾਲ ਇਹ ਪੁਸਤਕ ਅਣਛਪੀ ਪਈ ਰਹੀ ਹੈ, ਹੁਣ ਇਸ ਨੂੰ ਛਾਪਣ ਲੱਗੇ ਹਨ ਸਿੰਘ ਬ੍ਰਦਰਸ। 6 ਜਨਵਰੀ ਸੰਨ 1971 ਨੂੰ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੀ ਲਿਟ ਦੀ ਡਿਗਰੀ ਦਿੱਤੀ ਹੈ। ਮੈਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਕਿਰਪਾਲ ਸਿੰਘ ਜੀ ਨਾਰੰਗ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਦੀ ਰਾਹੀਂ ਯੂਨੀਵਰਸਿਟੀ ਦਾ ਵੀ। ਦਾਸ ਸਾਹਿਬ ਸਿੰਘ, 499 ਅਜੀਤ ਨਗਰ, ਨਵਾਂ ਪਟਿਆਲਾ, 31/12/1971। ਏਕੋ ਅੰਕਾਰ ਸਤਿਗੁਰ ਪ੍ਰਸਾਦ। ਸਿਮਰਨ ਕੀ ਹੈ? ਮਨੁੱਖ ਨੂੰ ਪਰਮਾਤਮਾ ਦੇ ਸਿਮਰਨ ਦੀ ਕਿਉਂ ਲੋੜ ਹੈ? ਇਸ ਉੱਪਰ ਲਿਖੇ ਪ੍ਰਸ਼ਨ ਨੂੰ ਸਮਝਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਪਰਮਾਤਮਾ ਅਤੇ ਜੀਵਾਤਮਾ ਦੇ ਅਸਲੀ ਸੰਬੰਧ ਦੀ ਸਮਝ ਹੋਵੇ। ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ ਕਿ ਸਾਰਾ ਦਿਸਦਾ ਅਣਦਿਸਦਾ ਜਗਤ ਪਰਮਾਤਮਾ ਦੇ ਆਪੇ ਦਾ ਪ੍ਰਕਾਸ਼ ਹੈ ਅਤੇ ਇਸ ਵਿੱਚ ਉਹ ਆਪ ਹੀ ਬੈਠਾ ਕਈ ਤਰ੍ਹਾਂ ਦੇ ਕੌਤਕ ਕਰ ਰਿਹਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ। ਸੋ ਜਗਤ ਦੇ ਸਾਰੇ ਜੀ ਜੰਤ ਪਰਮਾਤਮਾ ਦਾ ਅੰਸ਼ ਹਨ। ਜੀਵਾਂ ਦਾ ਅਸਲਾ ਉਹੀ ਹੈ ਜੋ ਪਰਮਾਤਮਾ ਦਾ ਹੈ। ਗੁਰੂ ਅਮਰਦਾਸ ਜੀ ਆਖਦੇ ਹਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰ ਪਰਮਾਤਮਾ ਅਤੇ ਜੀਵਾਤਮਾ ਦੋਹਾਂ ਦਾ ਇੱਕੋ ਅਸਲਾ ਹੁੰਦਿਆਂ ਵੀ ਦੋਹਾਂ ਦੇ ਵਿੱਤ ਵਿੱਚ ਬੇਅੰਤ ਫਰਕ ਹੈ। ਸਮੁੰਦਰ ਪਾਣੀ ਦਾ ਇੱਕ ਅਥਾਹ ਇਕੱਠ ਹੈ। ਇਹ ਸਾਰੇ ਸਮੁੰਦਰ ਦੇ ਟਾਕਰੇ 'ਤੇ ਸਮੁੰਦਰ ਦੇ ਪਾਣੀ ਦੀ ਇੱਕ ਬੂੰਦ ਦੀ ਕੋਈ ਪਾਇਆ ਨਹੀਂ ਗਿਣੀ ਜਾ ਸਕਦੀ। ਸਮੁੰਦਰ ਬੇਅੰਤ ਵੱਡਾ ਹੈ, ਨਿੱਕੀ ਜਿਹੀ ਬੂੰਦ ਉਸ ਸਮੁੰਦਰ ਦੇ ਸਾਹਮਣੇ ਕੁਝ ਵੀ ਨਹੀਂ। ਪਰ ਜਿਵੇਂ ਸਮੁੰਦਰ ਦੇ ਬੇਅੰਤ ਪਾਣੀਆਂ ਦਾ ਅਸਲਾ ਹਾਈਡਰੋਜਨ ਅਤੇ ਆਕਸੀਜਨ ਹੈ, ਤਿਵੇਂ ਇੱਕ ਬੂੰਦ ਦਾ ਅਸਲਾ ਵੀ ਹਾਈਡਰੋਜਨ ਅਤੇ ਆਕਸੀਜਨ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਭੋਰੇ ਭਾਈ ਨੰਦ ਲਾਲ ਜੀ ਇਹ ਦ੍ਰਿਸ਼ਟਾਂਤ ਦੇ ਕੇ ਪਰਮਾਤਮਾ ਅਤੇ ਜੀਵਾਤਮਾ ਦਾ ਇੱਕੋ ਅਸਲਾ ਦੱਸ ਕੇ ਦੋਹਾਂ ਦੇ ਵਿੱਚ ਬੇਅੰਤ ਫਰਕ ਇਉਂ ਬਿਆਨ ਕਰਦੇ ਹਨ। ਮੌਜ਼ੋ ਦਰੀਆ ਗਰਚੇ ਦਰ ਮਾਨੀ ਜਕੇਸਤ ਬਾਜ਼ ਅੰਦਰ ਈਨੋ ਆ ਫਰਕੇ ਫਸੇਸਤ ਮਨ ਜਕੇ ਮੌਜ਼ਮ ਤੋ ਬਹਿਰੇ ਬੇ ਕਿਰਾਂ ਫਰਕ ਬਾਸ਼ਦ ਆ ਜ਼ਮੀਨੋ ਆਸਮਾ। ਭਾਵ ਦਰਿਆ ਅਤੇ ਉਹਦੀ ਇੱਕ ਲਹਿਰ ਅਸਲ ਵਿੱਚ ਇੱਕੋ ਹੀ ਹਨ।
ਪਰ ਜਦੋਂ ਇਹਨਾਂ ਦਾ ਬੇਤ ਤੱਕੀਏ ਤਾਂ ਬੇਅੰਤ ਫਰਕ ਹੈ। ਹੇ ਪ੍ਰਭੂ, ਤੂੰ ਬੇਅੰਤ ਸਮੁੰਦਰ ਹੈ ਅਤੇ ਮੈਂ ਉਸ ਸਮੁੰਦਰ ਦੀ ਇੱਕ ਨਿੱਕੀ ਜਿਹੀ ਲਹਿਰ ਹਾਂ। ਦਰਿਆ ਦਾ ਵਗਦਾ ਪਾਣੀ ਸਵੱਛ ਅਤੇ ਸਾਫ ਹੁੰਦਾ ਹੈ, ਪਰ ਜਦੋਂ ਹੜ੍ਹ ਆਦਿਕ ਦੇ ਕਾਰਨ ਕੁਝ ਪਾਣੀ ਕੰਢਿਆਂ ਤੋਂ ਉੱਛਲ ਕੇ ਲਾਗੇ ਹੀ ਕਿਸੇ ਛੱਪੜ ਟੋਏ ਵਿੱਚ ਪੈ ਜਾਂਦਾ ਹੈ ਅਤੇ ਉਸਦਾ ਸੰਬੰਧ ਦਰਿਆ ਨਾਲੋਂ ਟੁੱਟ ਜਾਂਦਾ ਹੈ, ਤਾਂ ਕੁਝ ਸਮਾਂ ਪਾ ਕੇ ਛੱਪੜ ਦੇ ਉਸ ਖਲੋਤੇ ਪਾਣੀ ਵਿੱਚ ਮੱਛਰ ਆਦਿਕ ਅਤੇ ਹੋਰ ਕਈ ਕਿਸਮ ਦੇ ਕੀੜੇ ਪੈਦਾ ਹੋ ਜਾਂਦੇ ਹਨ। ਉਸ ਪਾਣੀ ਵਿੱਚੋਂ ਦੁਰਗੰਧ ਵੀ ਆਉਣ ਲੱਗ ਪੈਂਦੀ ਹੈ। ਕਿਰਮਾਰ ਦਵਾਈਆਂ ਵਰਤਿਆਂ ਵੀ ਪਾਣੀ ਦਾ ਇਹ ਰੋਗ ਥੋੜ੍ਹੇ ਚਿਰ ਲਈ ਹੀ ਹਟਦਾ ਹੈ, ਰੋਗ ਜੜ੍ਹਾਂ ਤੋਂ ਨਹੀਂ ਜਾਂਦਾ। ਛੱਪੜ ਦੇ ਪਾਣੀ ਦਾ ਅਸਲੀ ਰੋਗ ਹੈ ਦਰਿਆ ਤੋਂ ਵਿਛੋੜਾ। ਇਸ ਵਿਛੜੇ ਹੋਏ ਪਾਣੀ ਨੂੰ ਮੁੜ ਦਰਿਆ ਵਿੱਚ ਮਿਲਾ ਦਿਓ, ਇਸ ਦੀ ਦੁਰਗੰਧ ਅਤੇ ਇਸ ਦੇ ਜਿਰਮ ਸਭ ਨਾਸ਼ ਹੋ ਜਾਂਦੇ ਹਨ। ਇਹੀ ਹਾਲ ਹੈ ਜੀਵਾਤਮਾ ਦਾ। ਸਤਿਗੁਰੂ ਨਾਨਕ ਸਾਹਿਬ ਜੀ ਇੱਕ ਸੁੰਦਰ ਦ੍ਰਿਸ਼ਟਾਂਤ ਦੇ ਕੇ ਜੀਵ ਆਤਮਾ ਦੀ ਇਸ ਤਰਸ ਭਰੀ ਹਾਲਤ ਦਾ ਜ਼ਿਕਰ ਕਰਦੇ ਹਨ। ਇੱਕ ਸਰੋਵਰ ਵਿੱਚ ਸੋਹਣੇ ਕੌਲ ਫੁੱਲ ਲੱਗੇ ਹੋਏ ਹਨ। ਉਹਨਾਂ ਦੇ ਹਰੇ ਚੌੜੇ ਪੱਤੇ ਪਾਣੀ ਦੀ ਹਿੱਕ ਉੱਤੇ ਤਾਰੀਆਂ ਲਾਉਂਦੇ ਹਨ ਅਤੇ ਸੁਨਹਿਰੀ ਫੁੱਲ ਹਵਾ ਦੇ ਮੱਠੇ ਮੱਠੇ ਝੋਕਿਆਂ ਨਾਲ ਹੁਲਾਰੇ ਲੈਂਦੇ ਹਨ। ਪਰ ਇਹ ਮੌਜ ਉਤਨਾ ਚਿਰ ਹੀ ਹੈ ਜਦ ਤੱਕ ਸਰੋਵਰ ਵਿੱਚ ਕਿਸੇ ਸੋਮੇ ਜਾਂ ਨਦੀ ਆਦਿਕ ਤੋਂ ਪਾਣੀ ਮਿਲ ਰਿਹਾ ਹੈ। ਪਾਣੀ ਤੋਂ ਵਿਛੋੜਾ ਪੈਂਦਿਆਂ ਹੀ ਸਰੋਵਰ ਦਾ ਆਪਣਾ ਜੁੱਸਾ ਕਾਲਾ ਹੋ ਜਾਂਦਾ ਹੈ ਅਤੇ ਉਹ ਕੌਲ ਫੁੱਲ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਹਰਿਆਵਲ ਤੋਂ ਇਸ ਸੜੀ ਹੋਈ ਹਾਲਤ ਵਿੱਚ ਅੱਪੜੇ ਹੋਏ ਪੱਬਰ ਪਦਮਾਕਰ ਸਰੋਵਰ ਤੋਂ ਉਸ ਦੀ ਸੜਿਆਂ ਦਾ ਕਾਰਨ ਪੁੱਛਦੇ ਹਨ ਅਤੇ ਉਹ ਅੱਗੋਂ ਉੱਤਰ ਦਿੰਦਾ ਹੈ ਕਿ ਜਿਸ ਪਾਣੀ ਦੀ ਬਰਕਤ ਨਾਲ ਮੇਰਾ ਸਰੀਰ ਟਹਿਕਿਆ ਹੋਇਆ ਸੀ, ਮੇਰੇ ਅੰਦਰ ਹਰਿਆਵਲ ਸੀ ਅਤੇ ਕੌਲ ਫੁੱਲ ਨਾਚ ਕਰ ਰਹੇ ਸਨ, ਉਸ ਨਾਲੋਂ ਮੇਰਾ ਵਿਛੋੜਾ ਹੋ ਗਿਆ। ਬਸ ਆਪਣੀ ਸੜਿਆਂ ਦਾ ਕਾਰਨ ਮੈਨੂੰ ਇਹ ਵਿਛੋੜਾ ਹੀ ਜਾਪਦਾ ਹੈ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ ਕਹਿ ਦੋਖੜੇ ਸੜਿਓ ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿੱਤ ਡਿੱਠੇ ਤਨ ਪਰ ਫੁੜੈ ਚੜ੍ਹੇ ਚਵਗਣ ਵੰਨ। ਸਲੋਕ 12 ਅਤੇ ਵਧੀਕ ਮਹਲਾ ਪਹਿਲਾ ਪੰਨਾ 1412। ਕਈ ਅਣਜਾਣ ਅੱਲੜ ਗੱਭਰੂ ਕਾਲੀ ਵਿੱਚ ਕਹਿ ਦਿਆ ਕਰਦੇ ਹਨ ਕਿ ਜੇ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਦੀ ਖੁਸ਼ਾਮਦ ਕਰੇ ਤਾਂ ਲੋਕ ਉਸ ਨੂੰ ਚੰਗਾ ਨਹੀਂ ਸਮਝਦੇ। ਪਰਮਾਤਮਾ ਦੀ ਵਡਿਆਈ ਕਰਨਾ ਵੀ ਪਰਮਾਤਮਾ ਦੀ ਖੁਸ਼ਾਮਦ ਹੈ, ਫਿਰ ਇਹ ਕਿਵੇਂ ਚੰਗੀ ਗੱਲ ਕਹੀ ਜਾ ਸਕਦੀ ਹੈ? ਅਸੀਂ ਉੱਪਰ ਵੇਖ ਚੁੱਕੇ ਹਾਂ ਕਿ ਪਰਮਾਤਮਾ ਅਤੇ ਜੀਵ ਆਤਮਾ ਦਾ ਅਸਲਾ ਇੱਕੋ ਹੀ ਹੈ। ਜੀਵ ਨੇ ਕਿਸੇ ਦੂਜੇ ਦੀ ਖੁਸ਼ਾਮਦ ਨਹੀਂ ਕਰਨੀ। ਆਪਣੀ ਨਿੱਕੀ ਜਿਹੀ ਸੁਰਤ ਨੂੰ ਇਸ ਨੇ ਸਰਬ ਵਿਆਪਕ ਸੁਰਤ ਵਿੱਚ ਜੋੜਨਾ ਹੈ। ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ ਵਿਆਪਕ ਮਨ ਵਿੱਚ ਏਕਮਿਕ ਕਰਨਾ ਹੈ। ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ ਵਿਆਪਕ ਜਿੰਦ ਵਿੱਚ ਚੁੱਭੀ ਲਵਾਉਣੀ ਹੈ। ਇਸੇ ਦਾ ਨਾਮ ਸਿਮਰਨ ਹੈ। ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ ਆਖਦੇ ਰਹਿਣਾ ਉਸਦਾ ਸਿਮਰਨ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ, ਸੁਣਨੀਆਂ, ਗਾਣੀਆਂ ਵੀ ਉਸਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਣੇ ਉਸਦੀ ਖੁਸ਼ਾਮਦ ਨਹੀਂ ਹੈ, ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਮਨੁੱਖ ਉਸਦੇ ਸਾਰੇ ਗੁਣ ਦੱਸ ਵੀ ਨਹੀਂ ਸਕਦਾ। ਅਜਿਹਾ ਉੱਦਮ ਤਾਂ ਇਉਂ ਹੈ ਜਿਵੇਂ ਕੋਈ ਬੰਦਾ ਕਿਸੇ ਸੁਲਤਾਨ ਨੂੰ ਮੀਆਂ ਜੀ ਆਖ ਕੇ ਖੁਸ਼ ਕਰਨਾ ਚਾਹੇ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਣੇ ਹਨ
ਕਿ ਗੁਣ ਗਾਉਂਦਾ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਕਿਸੇ ਪਿੰਡ ਕੋਈ ਓਪਰਾ ਕੁੱਤਾ ਆ ਜਾਏ ਤਾਂ ਉਸ ਪਿੰਡ ਦੇ ਸਾਰੇ ਕੁੱਤੇ ਰਲ ਕੇ ਉਸ ਓਪਰੇ ਕੁੱਤੇ ਨੂੰ ਭੌਂਕਦੇ ਹਨ ਅਤੇ ਵੱਢਣ ਪੈਂਦੇ ਹਨ। ਉਹ ਵਿਚਾਰਾ ਸਹਿਮਿਆ ਹੋਇਆ ਸੁੰਗੜ ਕੇ ਮਾੜੀਆਂ ਜਿਹੀਆਂ ਦੰਦੀਆਂ ਕੱਢ ਕੇ ਆਪਣਾ ਆਪ ਬਚਾਉਣ ਲਈ ਹੌਲੀ ਹੌਲੀ ਭੌਂਕਦਾ ਹੈ। ਇਹ ਜਗਤ ਜੀਵ ਲਈ ਇੱਕ ਓਪਰਾ ਦੇਸ਼ ਹੈ, ਜਿੱਥੇ ਆਏ ਨੂੰ ਇੱਥਾਂ ਦੇ ਅਨੇਕਾਂ ਵਿਕਾਰ ਕੁੱਤੇ ਵੱਢਣ ਪੈ ਰਹੇ ਹਨ। ਬਸ ਇਹਨਾਂ ਤੋਂ ਆਪਣਾ ਆਪ ਬਚਾਉਣ ਲਈ ਇਸ ਨੇ ਇਉਂ ਆਖਦੇ ਰਹਿਣਾ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਵਾਮੀ, ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜ਼ਾਈ ਰਹਾ, ਜੋ ਕਿਛ ਹੋਵਾ ਸਭ ਕਿਛ ਤੁਝ ਤੇ, ਤੇਰੀ ਸਭ ਅਸ਼ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧੁਲੇ ਕਿਆ ਚਤੁਰਾਈ, ਕਿਆ ਹਾਂ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ, ਜੋ ਤੁਧ ਭਾਵੈ ਸੋਈ ਆਖਾਂ ਤੇ ਤੇਰੀ ਵਡਿਆਈ, ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ। ਪਦ ਅਰਥ ਕਹਾਂ ਹੋ ਮੈਂ ਆਖਦਾ ਹਾਂ, ਕਵਨ ਵਡਾਈ ਕੋਈ ਵਡਿਆਈ ਨਹੀਂ, ਕਹਾਂ ਮੈਂ ਆਖਦਾ ਹਾਂ, ਗਾਵਾਂ ਮੈਂ ਗਾਵਾਂ, ਬੁਝਾਈ ਸਮਝ ਅਕਲ, ਜੈਸੇ ਜਿਸ ਤਰ੍ਹਾਂ ਤਾਂ ਜੋ ਰਹਾਓ ਮੈਂ ਟਿਕਿਆ ਰਹਾਂ, ਰਜ਼ਾਈ ਹੇ ਰਜ਼ਾ ਦੇ ਮਾਲਕ ਪ੍ਰਭੂ, ਤੁਝ ਤੇ ਤੈਥੋਂ ਅਸਨਾਈ ਨਾ ਹੀ ਵਡਿਆਈ। ਨੋਟ, ਜਦੋਂ ਕਿਸੇ ਲਫਜ਼ ਦੇ ਸ਼ੁਰੂ ਵਿੱਚ ਦੋ ਜੁੜਵੇਂ ਅੱਖਰ ਹੋਣ ਜਿਨ੍ਹਾਂ ਵਿੱਚ ਪਹਿਲਾ ਅੱਖਰ ਸੱਸਾ ਹੋਵੇ ਤਾਂ ਪੰਜਾਬੀ ਉਚਾਰਨ ਵਿੱਚ ਉਹਨਾਂ ਦੋਹਾਂ ਅੱਖਰਾਂ ਨੂੰ ਵੱਖ ਵੱਖ ਕਰਕੇ ਸੱਸੇ ਦੇ ਪਹਿਲਾਂ ਐੜਾ ਵਰਤ ਲਈਦਾ ਹੈ ਜਾਂ ਸੱਸਾ ਉਡਾ ਹੀ ਦਈਦਾ ਹੈ, ਜਿਵੇਂ ਸਵਾਨ ਅਸਥਾਨ ਅਸਥੰਭ ਥੰਭ ਥੰਮ ਅਸਟੇਸ਼ਨ ਟੇਸ਼ਨ ਅਸਨਾਈ ਸਾਹਿਬ ਹੇ ਸਾਹਿਬ ਚਤੁਰਾਈ ਅਕਲ ਚਲਾਕੀ ਹਉ ਕਥੀ ਮੈਂ ਬਿਆਨ ਕਰਾਂ ਕਥੇ ਕਥ 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 ਕੇ ਦੇਖਾਂ ਦੇਖਦਾ ਹਾਂ ਅਕਥ ਜਿਸ ਦੇ ਗੁਣ ਕਥੇ ਨਾ ਜਾ ਸਕਣ ਤਿਲ ਰਤਾ ਕੋ ਇਹਤੇ ਇਤਨੇ ਅਨੇਕਾਂ ਕੂਕਰ ਕੁੱਤੇ ਕਾਮਾਦਕ ਵਿਕਾਰ ਬੇਗਾਨਾ ਓਪਰਾ ਭੌਂਕਾਂ ਮੈਂ ਭੌਂਕਦਾ ਹਾਂ ਇਸ ਤਨ ਤਾਈਂ ਇਸ ਸਰੀਰ ਨੂੰ ਬਚਾਉਣ ਵਾਸਤੇ ਖਸਮੇ ਨਾਉ ਖਸਮ ਦਾ ਨਾਮ ਖਸਮ ਦੀ ਬਜ਼ੁਰਗੀ ਖਸਮ ਦੀ ਵਡਿਆਈ ਨਾ ਜਾਈ ਦੂਰ ਨਹੀਂ ਹੋ ਸਕਦੀ। ਅਰਥ ਹੇ ਰਜ਼ਾ ਦੇ ਮਾਲਕ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈਨੂੰ ਅਜਿਹੀ ਸਮਝ ਬਖਸ਼ ਕਿ ਮੈਂ ਤੇਰੀ ਸਿਫਤ ਕਰ ਸਕਾਂ ਅਤੇ ਸਿਫਤ ਸਲਾਹ ਦੀ ਬਰਕਤ ਨਾਲ ਮੈਂ ਤੇਰੇ ਚਰਨਾਂ ਵਿੱਚ ਟਿਕਿਆ ਰਹਿ ਸਕਾਂ। ਰਹਾਓ ਹੇ ਪ੍ਰਭੂ ਤੇਰੀ ਸਿਫਤ ਸਲਾਹ ਕਰਕੇ ਮੈਂ ਤੇਰੀ ਕੋਈ ਵਡਿਆਈ ਨਹੀਂ ਕਰ ਰਿਹਾ ਹਾਂ, ਇਹ ਤਾਂ ਇਉਂ ਹੈ ਕਿ ਤੂੰ ਬਾਦਸ਼ਾਹ ਹੈ ਅਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ, ਪਰ ਇਤਨੀ ਕੁ ਸਿਫਤ ਕਰਨੀ ਵੀ ਮੇਰੀ ਆਪਣੀ ਸਮਰੱਥਾ ਨਹੀਂ ਹੈ। ਇਹ ਮਾਲਕ ਪ੍ਰਭੂ ਸਿਫਤ ਸਲਾਹ ਕਰਨ ਦਾ ਜਿਤਨਾ ਕੁ ਬਲ ਤੂੰ ਦਿੰਦਾ ਹੈ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ, ਮੈਂ ਅਣਜਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ। ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ। ਹੇ ਮਾਲਕ ਪ੍ਰਭੂ ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ, ਮੈਂ ਅੰਨਾ ਹਾਂ ਤੁਛ ਅਕਲ ਦਾ ਹਾਂ।
ਮੇਰੇ ਵਿੱਚ ਕੋਈ ਐਸੀ ਸਿਆਣਪ ਨਹੀਂ ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ। ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਸਮਝ ਪੈਂਦੀ ਹੈ ਕਿ ਤੇਰਾ ਸਰੂਪ ਬਿਆਨ ਤੋਂ ਪਰੇ ਹੈ। ਮੈਂ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਰਤਾ ਮਾਣ ਵਡਿਆਈ ਵੀ ਜਿਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਪਾਉਂਦੀ ਹੈ, ਭਾਵ ਜਿਹੜੀ ਕੋ ਬਿਆਨ ਕਰਨ ਲਈ ਤੂੰ ਆਪ ਹੀ ਸਮਝ ਦਿੰਦਾ ਹੈ। ਹੇ ਪ੍ਰਭੂ, ਇੱਥੇ ਕਾਮਾਦਕ ਅਨੇਕਾਂ ਕੁੱਤੇ ਹਨ, ਮੈਂ ਇਹਨਾਂ ਵਿੱਚ ਓਪਰਾ ਆ ਫਸਿਆ ਹਾਂ। ਜਿਤਨੀ ਕੋ ਤੇਰੀ ਸਿਫਤ ਸਲਾਹ ਕਰਦਾ ਹਾਂ ਉਹ ਵੀ ਮੈਂ ਆਪਣੇ ਇਸ ਸਰੀਰ ਨੂੰ ਕਾਮਾਦਕ ਕੁੱਤਿਆਂ ਤੋਂ ਬਚਾਉਣ ਲਈ ਹੀ ਭੌਂਕਦਾ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ। ਮੈਨੂੰ ਇਹ ਤਰਵਾਸ ਹੈ ਕਿ ਮੈਂ ਜੇ ਤੇਰਾ ਦਾਸ ਨਾਨਕ ਭਗਤੀ ਤੋਂ ਸੱਖਣਾ ਹੈ ਤਾਂ ਵੀ ਤੂੰ ਮੇਰੇ ਸਿਰ ਉੱਤੇ ਰਾਖਾ ਖਸਮ ਹੈ, ਅਤੇ ਤੈਂ ਖਸਮ ਦੀ ਇਹ ਸ਼ੋਭਾ ਦੂਰ ਨਹੀਂ ਹੋ ਗਈ ਕਿ ਤੂੰ ਮੁੱਢ ਕਦੀਮਾਂ ਤੋਂ ਸ਼ਰਨ ਆਏ ਦੀ ਸਹਾਇਤਾ ਕਰਦਾ ਆਇਆ ਹੈ। ਵੈਸਾਖ ਜੇਠ ਦੇ ਮਹੀਨਿਆਂ ਵਿੱਚ ਪਿੰਡਾਂ ਤੋਂ ਬਾਹਰ ਜੂਹ ਵਿੱਚ ਵੇਖੋ, ਹਰ ਪਾਸੇ ਅੱਕਾਂ ਦੇ ਬੂਟੇ ਹਰੇ ਹੋਏ ਦਿਸਦੇ ਹਨ, ਡਾਲੀਆਂ ਦੇ ਨਾਲ ਅੰਬਾਂ ਖੱਖੜੀਆਂ ਕਹੀਆਂ ਸੋਹਣੀਆਂ ਲੱਗਦੀਆਂ ਹਨ। ਪਿੰਡਾਂ ਦੇ ਬਾਲ ਉਹਨਾਂ ਅੰਬਾਂ ਖੱਖੜੀਆਂ ਨੂੰ ਅੰਬ ਸਮਝ ਕੇ ਬੜੇ ਸ਼ੌਕ ਨਾਲ ਅੱਕਾਂ ਦੀਆਂ ਡਾਲੀਆਂ ਨਾਲੋਂ ਤੋੜਦੇ ਫਿਰਦੇ ਹਨ, ਪਰ ਉਹਨਾਂ ਦਾ ਸੁਹੱਪਣ ਉਤਨਾ ਚਿਰ ਹੀ ਜਿਤਨਾ ਚਿਰ ਉਹ ਡਾਲੀ ਦੇ ਗਲ ਲੱਗੀਆਂ ਹੋਈਆਂ ਸਨ। ਡਾਲੀ ਦੇ ਗਲੋਂ ਟੁੱਟ ਕੇ ਉਹ ਤੂੰਬਾ ਤੂੰਬਾ ਹੋ ਜਾਂਦੀਆਂ ਹਨ। ਹਵਾ ਦੇ ਤੱਤੇ ਬੁੱਲੇ ਉਹਨਾਂ ਨੂੰ ਉਡਾਈ ਫਿਰਦੇ ਹਨ ਅਤੇ ਆਖਰ ਝਾੜੀਆਂ ਵਿੱਚ ਅੜ ਕੇ ਉਹਨਾਂ ਦਾ ਆਪਾ ਮੁੱਕ ਜਾਂਦਾ ਹੈ। ਮਨੁੱਖ ਦਾ ਆਪਾ ਵੀ ਤਦ ਤੱਕ ਹੀ ਸੋਹਣਾ ਰਹਿ ਸਕਦਾ ਹੈ ਜਦ ਤੱਕ ਪ੍ਰਭੂ ਡਾਲੀ ਦੇ ਗਲ ਲੱਗਾ ਰਹਿੰਦਾ ਹੈ। ਉਸ ਜੀਵਨ ਡਾਲੀ ਨਾਲੋਂ ਟੁੱਟਿਆ ਦੁਨੀਆਂ ਦੇ ਅਨੇਕਾਂ ਚਿੰਤਾ ਝੋਰੇ ਇਸ ਦੀ ਕਮਜ਼ੋਰ ਜਿੰਦ ਨੂੰ ਤੂੰਬਾ ਤੂੰਬਾ ਕਰ ਦਿੰਦੇ ਹਨ। ਗੁਰੂ ਅਰਜਨ ਸਾਹਿਬ ਜੀ ਮਨੁੱਖ ਦੀ ਇਸ ਹਾਲਤ ਦਾ ਬਿਆਨ ਕਰਦੇ ਹੋਏ ਆਖਦੇ ਹਨ ਕਿ ਜਿਵੇਂ ਅੱਕ ਦੇ ਗਲ ਲੱਗੀਆਂ ਹੀ ਅੰਬ ਖੱਖੜੀਆਂ ਸੋਹਣੀਆਂ ਦਿਸਦੀਆਂ ਹਨ, ਇਸੇ ਤਰ੍ਹਾਂ ਮਨੁੱਖ ਦੀ ਜਿੰਦ ਦਾ ਹਾਲ ਹੈ। ਡਾਲੋਂ ਟੁੱਟੀਆਂ ਖੱਖੜੀਆਂ ਦੀਆਂ ਹਜ਼ਾਰਾਂ ਗੰਢਾਂ ਬਣ ਜਾਂਦੀਆਂ ਹਨ। ਧਨੀ ਪ੍ਰਭੂ ਨਾਲੋਂ ਵਿਛੜੀ ਇਨਸਾਨੀ ਜ਼ਿੰਦ ਵੀ ਹਜ਼ਾਰਾਂ ਫਿਕਰਾਂ ਦਾ ਸ਼ਿਕਾਰ ਹੋ ਜਾਂਦੀ ਹੈ, ਆਪ ਫਰਮਾਉਂਦੇ ਹਨ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਾਂ ਵਿਛੋੜਾ ਧਣੀ ਸਿਉਂ ਨਾਨਕ ਸਹਸੇ ਗੰਠ। ਵਿਸਾਰ ਦੇ ਮਰ ਗਏ ਮਰ ਵੀ ਨਾ ਸਕੇ ਮੂਲ, ਵੇਮੁਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਸਿਮਰਨ ਦੀ ਬਰਕਤ ਨਾਲ ਜੀਵਨ ਪਲਟ ਜਾਂਦਾ ਹੈ। ਇਹ ਇੱਕ ਸਧਾਰਨ ਕੁਦਰਤੀ ਨਿਯਮ ਹੈ ਕਿ ਮਨੁੱਖ ਜਿਹੋ ਜਿਹੇ ਬਹਿਣੇ ਬੈਠਦਾ ਹੈ ਉਹੋ ਜਿਹੀ ਉਸਦੀ ਮੱਤ ਹੋ ਜਾਂਦੀ ਹੈ, ਉਹੋ ਜਿਹਾ ਉਸਦਾ ਸੁਭਾਅ ਅਤੇ ਜੀਵਨ ਬਣ ਜਾਂਦਾ ਹੈ। ਜਿਹੜਾ ਗੱਭਰੂ ਪਹਿਲੀ ਉਮਰੇ ਨਿੱਤ ਇਸ਼ਕ ਦੇ ਨਾਵਲ ਪੜ੍ਹਦਾ ਰਹਿੰਦਾ ਹੈ, ਸਹਿਜੇ ਸਹਿਜੇ ਉਸਦਾ ਸੁਭਾਅ ਅਤੇ ਜੀਵਨ ਵੀ ਰੰਗੀਲਾ ਬਣਦਾ ਜਾਂਦਾ ਹੈ, ਅਤੇ ਦੇਸ਼ ਪਿਆਰ ਦੇ ਵਲਵਲੇ ਭਰੀਆਂ ਕਿਤਾਬਾਂ ਪੜ੍ਹਨ ਵਾਲੇ ਬੰਦੇ ਆਮ ਤੌਰ 'ਤੇ ਵਤਨ ਦੀ ਖਾਤਰ ਕੁਰਬਾਨੀ ਕਰਨ ਲਈ ਨਿੱਤਰ ਪੈਂਦੇ ਹਨ। ਆਜ਼ਾਦ ਦੇਸ਼ਾਂ ਦੇ ਸਿਆਣੇ ਨੇਤਾ ਮਨੁੱਖੀ ਮਨ ਦੀ ਇਸ ਖੋਹ ਨੂੰ ਜਾਣਦੇ ਹੋਏ ਹੀ ਸਿਨੇਮਾ ਆਦਿਕ ਦੀ ਰਾਹੀਂ ਵਤਨ ਪਿਆਰ ਅਤੇ ਖਲਕ ਸੇਵਾ ਦੀਆਂ ਝਾਕੀਆਂ ਵਿਖਾ ਵਿਖਾ ਕੇ ਸੁਆਰਥ ਖੁਦਗਰਜ਼ੀ ਵੱਲੋਂ ਹਟਾ ਕੇ ਆਪਣੇ ਦੇਸ਼ ਵਾਸੀਆਂ ਨੂੰ ਜਿਉਂਦੀ ਕੌਮ ਦਾ ਸੁਚੱਜਾ ਅੰਗ ਬਣਾਉਂਦੇ ਹਨ। ਇਸੇ ਤਰ੍ਹਾਂ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਪਰਮਾਤਮਾ ਅਤੇ ਉਸਦੀ ਖਲਕਤ ਨਾਲ ਜੋੜਦੀਆਂ ਹਨ। ਰਤਾ ਗਹੁ ਨਾਲ ਮਨੁੱਖ ਦਾ ਸਧਾਰਨ ਰੋਜ਼ਾਨਾ ਜੀਵਨ ਤੱਕੋ,
ਬੜਾ ਹਾਸੋਹੀਣਾ ਤੇ ਤਰਸਯੋਗ ਹੈ। ਇੱਕ ਦੂਜੇ ਨਾਲ ਈਰਖਾ, ਨਫ਼ਰਤ ਤੇ ਨਿੰਦਿਆ ਦੇ ਭਾਂਬੜ ਮੱਚੇ ਪਏ ਹਨ। ਸਵਾਦਲੀ ਗੱਲ ਇਹ ਹੈ ਕਿ ਦੂਜਿਆਂ ਦੀ ਨਿੰਦਿਆ ਕਰਨ ਵਾਲਾ, ਹੋਰਨਾਂ ਨਾਲ ਈਰਖਾ ਕਰਨ ਵਾਲਾ ਬੰਦਾ ਨਿੰਦਿਆ ਈਰਖਾ ਕਰਨ ਵੇਲੇ ਆਪ ਵੀ ਆਪਣੇ ਅੰਦਰ ਸੜਦਾ ਭੁੱਜਦਾ ਹੁੰਦਾ ਹੈ। ਪਰ ਫਿਰ ਵੀ ਇਹ ਇੱਕ ਐਸਾ ਚੰਦਰਾ ਚਸਕਾ ਹੈ ਕਿ ਨਿੰਦਿਆ ਕਰਨ ਸੁਣਨ ਵਿੱਚ ਮਨੁੱਖ ਘੰਟਿਆਂ ਬੱਧੀ ਸਮਾਂ ਗੁਜ਼ਾਰ ਦਿੰਦਾ ਹੈ ਅਤੇ ਅੱਕਦਾ ਨਹੀਂ। ਜਿਸ ਭਾਗਾਂ ਵਾਲੇ ਨੂੰ ਕਿਸੇ ਭਲੇ ਪੁਰਖ ਦੀ ਸੰਗਤ ਨਸੀਬ ਹੁੰਦੀ ਹੈ, ਉਸ ਦੀ ਬਰਕਤ ਨਾਲ ਉਹ ਸਭ ਵਿੱਚ ਵਸਦੇ ਪਰਮਾਤਮਾ ਦੀ ਯਾਦ ਅਤੇ ਸਿਫਤ ਸਲਾਹ ਕਰਨੀ ਸਿੱਖਦਾ ਹੈ। ਅਤੇ ਇਹ ਇੱਕ ਐਸਾ ਅਣਿਆਲਾ ਤੀਰ ਹੈ ਕਿ ਜਿਸ ਸੁਭਾਗ ਹਿਰਦੇ ਵਿੱਚ ਵਿੱਝਦਾ ਹੈ, ਉਸ ਨੂੰ ਈਰਖਾ ਨਿੰਦਿਆ ਆਦਿਕ ਚੰਦਰੀਆਂ ਵਾਦੀਆਂ ਵੱਲੋਂ ਗੂੰਗਾ ਬੋਲਾ ਕਰ ਦਿੰਦਾ ਹੈ। ਫਿਰ ਉਹ ਬੰਦਾ ਨਿੰਦਿਆ ਕਰਨ ਸੁਣਨ ਵਾਲੇ ਪਹਿਲੇ ਕੁਸੰਗੀਆਂ ਕੋਲ ਜਾਣੋਂ ਹਟ ਜਾਂਦਾ ਹੈ। ਕਬੀਰ ਜੀ ਲਿਖਦੇ ਹਨ, ਕਬੀਰ ਗੂੰਗਾ ਹੂਆ ਬਾਬਰਾ, ਬਹਰਾ ਹੂਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ, ਪਰਾ ਕਰੇਜੇ ਛੇਕ। ਅਣਜਾਣ ਮਨੁੱਖ ਧਰਮ ਵੱਲ ਪਰਤਣ ਦਾ ਭਾਵ ਆਮ ਤੌਰ 'ਤੇ ਇਹੀ ਸਮਝਦਾ ਹੈ ਕਿ ਬਾਹਰੋਂ ਸਰੀਰਕ ਸੋਚ ਪਵਿੱਤਰਤਾ ਰੱਖੀ ਜਾਏ। ਆਪਣੇ ਵੱਲੋਂ ਧਰਮੀ ਬਣੇ ਹੋਏ ਅਜਿਹੇ ਅੱਲੜ ਬੰਦੇ ਸੋਚ ਰੱਖਣ ਦੇ ਭੁਲੇਖੇ ਵਿੱਚ ਦੂਸਰਿਆਂ ਨਾਲੋਂ ਛੂਹਣੋਂ ਹੱਥ ਮਿਲਾਉਣੋਂ ਵੀ ਸੰਗਦੇ ਹਨ। ਅਜਿਹੇ ਆਦਮੀ ਜਿਉਂ ਜਿਉਂ ਇਸ ਮਿੱਥੇ ਧਰਮ ਦੀ ਸੋਚ ਦੇ ਬਾਹਰਲੇ ਆਤਮਿਕ ਜੀਵਨ ਵੱਲੋਂ ਅਵੇਸਲੇ ਹੁੰਦੇ ਜਾਂਦੇ ਹਨ, ਜਿਸ ਹਿਰਦੇ ਦੇ ਅੰਦਰ ਸਭ ਵਿੱਚ ਵਸਦੇ ਪ੍ਰਭੂ ਦੀ ਯਾਦ ਨੇ ਸਾਰੀ ਖਲਕਤ ਵਾਸਤੇ ਪਿਆਰ ਸਿਖਾਉਣਾ ਸੀ, ਉੱਥੇ ਅੰਦਰ ਵੱਲੋਂ ਅਵੇਸਲਾਪਨ ਆ ਜਾਣ ਦੇ ਕਾਰਨ ਨਫ਼ਰਤ ਆ ਘਰ ਬਣਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਰਹਿਣ ਦੇ ਸਮੇਂ ਜਦੋਂ ਇੱਕ ਵਾਰੀ ਆਪਣੇ ਦੇਸ਼ ਦੀ ਇਸ ਨਫ਼ਰਤ ਭਰੀ ਪਰਸਪਰ ਖਹਿ ਖਹਿ ਵਾਲੀ ਸਾੜ ਦੀ ਲੂੰਦੀ ਜ਼ਿੰਦਗੀ ਵੱਲ ਧਿਆਨ ਮਾਰਿਆ ਤਾਂ ਹਿਰਦਾ ਦਰਵ ਗਿਆ। ਸਤਿਗੁਰ ਦੀ ਪਿਆਰ ਭਰੀ ਕੋਮਲ ਜਿੰਦੜੀ ਇਹ ਸਹਾਰ ਨਾ ਸਕੀ ਕਿ ਦੇਸ਼ ਵਾਸੀ ਬਾਂਸ ਵਾਂਗ ਖਹਿ ਖਹਿ ਕੇ ਨਫ਼ਰਤ ਦੇ ਭਾਂਬੜ ਮਚਾ ਦੇਣ ਅਤੇ ਉਹ ਆਪਣੇ ਆਪ ਘਰ ਦੇ ਸੁੱਖ ਵਿੱਚ ਬੈਠੇ ਰਹਿਣ। ਭਾਈ ਗੁਰਦਾਸ ਜੀ ਲਿਖਦੇ ਹਨ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕ ਆਈ, ਚੜਿਆ ਸੋਧਣ ਧਰ ਤੋਂ ਲੁਕਾਈ। ਸਤਿਗੁਰ ਜੀ ਦੀ ਹਰਿਦੁਆਰ ਵਾਲੀ ਸਾਖੀ ਪ੍ਰਸਿੱਧ ਹੈ। ਗੰਗਾ ਦੇ ਕੰਢੇ ਭਾਈ ਮਰਦਾਨਾ ਸਮੇਤ ਬੈਠੇ ਸਨ। ਗੁਆਂਢ ਹੀ ਵੈਸ਼ਨਵ ਸਾਧੂ ਜੀ ਚੌਂਕਾ ਬਣਾ ਕੇ ਭੋਜਨ ਤਿਆਰ ਕਰਨ ਦਾ ਆਹਰ ਕਰ ਰਹੇ ਸਨ। ਭਾਈ ਮਰਦਾਨੇ ਨੇ ਉਸਦੇ ਚੌਂਕੇ ਦੇ ਬਾਹਰ ਵਾਰ ਹੀ ਖਲੋ ਕੇ ਅੱਗ ਮੰਗੀ, ਪਰ ਉਸਦਾ ਪਰਛਾਵਾਂ ਚੌਂਕੇ ਵਿੱਚ ਜਾ ਪਿਆ। ਸਾਧੂ ਕ੍ਰੋਧ ਨਾਲ ਲੋਹਾ ਲਾਖਾ ਹੋ ਗਿਆ, ਬਲਦਾ ਚੋਹ ਲੈ ਕੇ ਮਰਦਾਨਾ ਜੀ ਨੂੰ ਮਾਰਨ ਪਿਆ। ਅੱਗੇ ਅੱਗੇ ਮਰਦਾਨਾ ਅਤੇ ਪਿੱਛੇ ਪਿੱਛੇ ਉਹ ਸਾਧੂ। ਸਤਿਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਭਾਈ, ਧਰਮ ਨੇ ਜੀਵਨ ਬਦਲਣਾ ਸੀ, ਭੈੜੀਆਂ ਵਾਦੀਆਂ ਦੂਰ ਕਰਨੀਆਂ ਸਨ, ਅੰਦਰੋਂ ਸੁੱਚਾ ਅਤੇ ਉੱਚਾ ਕਰਨਾ ਸੀ, ਪਰ ਤੂੰ ਬਾਹਰਲੀ ਸੋਚ ਵਿੱਚ ਰੁੱਝਾ ਰਿਹਾ। ਤੈਨੂੰ ਬਾਹਰ ਦੁਨੀਆਂ ਵਿੱਚ ਡੂਮ ਕਸਾਈ ਚੂੜੇ ਚੰਡਾਲ ਦਿਸਦੇ ਰਹੇ, ਜਿਨ੍ਹਾਂ ਨਾਲ ਛੋਹਣੋਂ ਤੂੰ ਆਪਣੇ ਆਪ ਨੂੰ ਬਚਾਉਂਦਾ ਰਿਹਾ। ਨਤੀਜਾ ਇਹ ਨਿਕਲਿਆ ਕਿ ਤੇਰੇ ਆਪਣੇ ਅੰਦਰ ਹੀ ਡੂਮਣੀ ਕਸਾਇਣ ਚੂੜੀ ਚੰਡਾਲਣੀ ਨੇ ਆ ਡੇਰਾ ਲਾਇਆ। ਭੈੜੀ ਮਤ, ਨਿਰਦਾਇਤਾ, ਪਰਾਈ ਨਿੰਦਿਆ ਅਤੇ ਕ੍ਰੋਧ ਆਦਿਕ ਇਹੀ ਹਨ ਅਸਲੀ ਚੂੜੀਆਂ ਚੰਡਾਲਣਾ, ਜੋ ਮਨੁੱਖ ਦੇ ਮਨ ਵਿੱਚ ਆ ਕੇ ਇਸਦੇ ਜੀਵਨ ਨੂੰ ਪਿੱਟ ਦਿੰਦੀਆਂ ਹਨ। ਸੁੱਚੇ ਚੌਂਕੇ ਬਣਾਉਣ ਲਈ 100 ਲਕੀਰਾਂ ਕੱਢੋ,
ਸੁੱਚੇ ਹੋਣ ਲਈ ਅਨੇਕਾਂ ਤੀਰਥ ਇਸ਼ਨਾਨ ਕਰੋ। ਇਹ ਅੰਦਰਲੀਆਂ ਚੁੜੇਲਾਂ ਅੰਦਰ ਹੀ ਸ਼ਹਿ ਲਾ ਕੇ ਬੈਠੀਆਂ ਰਹਿੰਦੀਆਂ ਹਨ। ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਇੱਕੋ ਇੱਕ ਵਸੀਲਾ ਹੈ ਜੋ ਇਹਨਾਂ ਚੁੜੇਲਾਂ ਨੂੰ ਅੰਦਰੋਂ ਕੱਢ ਕੇ ਜੀਵਨ ਨੂੰ ਪਲਟਾਉਂਦਾ ਹੈ। ਉਹ ਸਾਧੂ ਦੇ ਪ੍ਰਥਾਏ ਸਤਿਗੁਰੂ ਜੀ ਨੇ ਇਉਂ ਫਰਮਾਇਆ, ਕਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘੱਟ ਝੂੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ। ਪੰਨਾ ਨੰਬਰ 91। ਕਿੱਡਾ ਹੀ ਛੋਲਾ ਗੱਭਰੂ ਪਿਆ ਹੋਵੇ, ਪੈਂਡੇ ਪਿਆ ਰਾਹ ਵਿੱਚ, ਜੇ ਕਿਤੇ ਚਿੱਕੜ ਖੋਭਾ ਆ ਜਾਵੇ ਤਾਂ ਬੇਵੱਸੇ ਹੀ ਉਸਦੀ ਚਾਲ ਢਿੱਲੀ ਪੈ ਜਾਂਦੀ ਹੈ। ਜੀਵਨ ਸਫ਼ਰ ਵਿੱਚ ਦੁਨੀਆ ਦਾ ਮੋਹ ਇੱਕ ਅਜਿਹਾ ਚਿੱਕੜ ਖੋਭਾ ਹੈ ਕਿ ਅਨੇਕਾਂ ਚਾਤੁਰ ਇਸ ਵਿੱਚ ਖੁੱਭ ਕੇ ਜੀਵਨਬਾਜ਼ੀ ਹਾਰ ਜਾਂਦੇ ਹਨ। ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦੇ ਮੋਹ ਵਿੱਚ ਫਸ ਕੇ ਦਾਤੇ ਦੀ ਯਾਦ ਵੱਲੋਂ ਆਲਸ ਕਰਨ ਲੱਗ ਪੈਂਦੇ ਹਨ। ਫਿਰ ਕਾਮ ਕ੍ਰੋਧ ਅਹੰਕਾਰ ਆਦਿਕ ਜੀਵਨ ਸਫ਼ਰ ਵਿੱਚ ਕਈ ਹੋਰ ਠੇਡੇ ਵੀ ਹਨ। ਇਹਨਾਂ ਤੋਂ ਸੰਭਲਣਾ ਵੀ ਕੋਈ ਸੌਖੀ ਕਾਰ ਨਹੀਂ। ਕੀ ਦੇਵਤੇ ਅਤੇ ਕੀ ਮਨੁੱਖ ਸਭ ਇਹਨਾਂ ਤੋਂ ਮਾਰ ਖਾਂਦੇ ਤੁਰੇ ਆ ਰਹੇ ਹਨ। ਜੰਗਲ ਵਿੱਚ ਜੇ ਕਦੇ ਅੱਗ ਲੱਗ ਜਾਏ ਤਾਂ ਜੰਗਲ ਵਾਸੀ ਪਸ਼ੂ ਪੰਛੀਆਂ ਨੂੰ ਜਾਣ ਬਚਾਉਣ ਲਈ ਕਿਸੇ ਨਦੀ ਟੋਭੇ ਆਦਿਕ ਦਾ ਆਸਰਾ ਲੈਣਾ ਪੈਂਦਾ ਹੈ। ਸੰਸਾਰ ਜੰਗਲ ਨੂੰ ਕਾਮ ਆਦਿਕ ਦੀ ਦਾਵਾ ਅੱਗ ਜੰਗਲ ਦੀ ਅੱਗ ਲੱਗੀ ਹੋਈ ਹੈ। ਕੋਈ ਉਹ ਵਿਰਲਾ ਜੀਵ ਬੂਟਾ ਸੜਨੋਂ ਬਚਦਾ ਹੈ ਜਿਸ ਦੇ ਅੰਦਰ ਸਿਮਰਨ ਦੀ ਤਰਾਵਤ ਹੈ। ਕੱਜਲ ਭਰੀ ਕੋਠਰੀ ਵਿੱਚ ਵੜਿਆਂ ਚਿੱਟੇ ਬਸਤਰਾਂ ਦੇ ਦਾਗੇ ਜਾਣ ਦਾ ਬਹੁਤ ਡਰ ਹੁੰਦਾ ਹੈ। ਇਸ ਜਗਤ ਕੋਠੜੀ ਵਿੱਚ ਅਨੇਕਾਂ ਵਿਕਾਰਾਂ ਦੀ ਕਾਲਖ ਹੈ, ਪਰ ਵੇਖੋ ਇੱਕ ਜਾਦੂ ਪ੍ਰਭੂ ਸਿਮਰਨ ਦਾ। ਦੁਨੀਆ ਦੇ ਧਰਮ ਇਤਿਹਾਸ ਵਿੱਚ ਅਨੇਕਾਂ ਸਾਖੀਆਂ ਮਿਲਦੀਆਂ ਹਨ ਜਿੱਥੇ ਨਾਮ ਦੇ ਰਸੀਏ ਮਹਾਂਪੁਰਖਾਂ ਤੋਂ ਮਿਲੀ ਇੱਕੋ ਕਣੀ ਨੇ ਜੀਵਨ ਪਲਟਾ ਦਿੱਤੇ। ਆਲਸ ਕਿਤੇ ਜਾਂਦਾ ਨਾ ਲੱਭਾ। ਸਿਮਰਨ ਦੇ ਸਹਾਰੇ ਤੁਰਨ ਵਾਲੇ ਰਾਹੀਆਂ ਦੇ ਜੀਵਨ ਪੰਧ ਵਿੱਚ ਮੋਹ ਦੇ ਚਿੱਕੜ ਖੋਭੇ ਦਾ ਕਿਤੇ ਨਿਸ਼ਾਨ ਨਾ ਰਿਹਾ। ਕਾਮ ਕ੍ਰੋਧ ਦੀ ਜੋ ਭੜਕਦੀ ਅੱਗ ਸਭ ਨੂੰ ਸਾੜ ਰਹੀ ਹੈ, ਉਹਨਾਂ ਦੇ ਨੇੜੇ ਨਾ ਟੁੱਕ ਸਕੀ। ਸਿਮਰਨ ਦੀ ਬਰਕਤ ਨਾਲ ਇਸ ਕੱਜਲ ਕੋਠੜੀ ਵਿੱਚੋਂ ਉਹ ਬੇਦਾਗ ਚਿੱਟੀ ਚਾਦਰ ਲੈ ਕੇ ਲੰਘ ਗਏ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਅਜਬ ਤਬਦੀਲੀ ਦਾ ਇਉਂ ਬਿਆਨ ਕਰਦੇ ਹਨ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹਿ ਭਯੋਰੀ, ਮਹਾਮੋਨੀ ਤੁੱਧ ਨਾ ਵਿਆਪੇ, ਤੇਰਾ ਆਲਸ ਕਹਾਂ ਗਯੋਰੀ ਰਹਾ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁਟਿਓਰੀ, ਦਾਵ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ, ਐਸੋ ਸਮਰੱਥ ਵਰਨ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹਿਓਰੀ, ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਨਿਓਰੀ, ਮਹਾਮੰਤਰ ਗੁਰ ਹਿਰਦੇ ਬਸਿਓ, ਅਚਰਜ ਨਾਮ ਸੁਨਿਓਰੀ, ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਆਸਾ ਮਹੱਲਾ ਪੰਜਵਾਂ, ਪੰਨਾ ਨੰਬਰ 384। ਅਰਥ, ਹੇ ਸਹੇਲੀ, ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈ, ਤੇਰੇ ਉੱਤੇ ਕਿਹੜੀ ਕਿਰਪਾ ਹੋਈ ਹੈ? ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵੀ ਤੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।
ਤੇਰਾ ਆਲਸ ਵੀ ਸਦਾ ਲਈ ਮੁੱਕ ਗਿਆ ਹੈ। ਰਹਾਓ ਇਹ ਭੈਣ, ਇਹ ਕਾਮ ਕ੍ਰੋਧ ਇਹ ਹੰਕਾਰ ਜੀਵਾਂ ਨੂੰ ਹਰੇਕ ਬੜੀ ਔਖਿਆਈ ਦੇਣ ਵਾਲਾ ਹੈ। ਤੇਰੇ ਅੰਦਰੋਂ ਕਿਸ ਜੁਗਤ ਨਾਲ ਇਹਨਾਂ ਦਾ ਨਾਸ਼ ਹੋਇਆ? ਇਹ ਭੈਣ, ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈਗੁਣੀ ਜੀਵ, ਸਾਰਾ ਜਗਤ ਹੀ ਇਹਨਾਂ ਨੇ ਲੁੱਟ ਲਿਆ ਹੈ। ਸਾਰੇ ਜਗਤ ਦੇ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ। ਇਹ ਸਹੇਲੀ, ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ। ਜਗਤ ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ। ਜਿਹੜਾ ਇਸ ਤ੍ਰਿਸ਼ਨਾ ਅੱਗ ਦੀ ਸੜਨ ਤੋਂ ਬਚਿਆ ਹੈ, ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ। ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ। ਨੋਟ: ਉੱਪਰਲੇ ਪ੍ਰਸ਼ਨ ਦਾ ਉੱਤਰ। ਹੇ ਭੈਣ, ਮੇਰੇ ਹਿਰਦੇ ਵਿੱਚ ਸਤਿਗੁਰ ਦਾ ਸ਼ਬਦ ਰੂਪ ਬੜਾ ਬਲੀ ਮੰਤਰ ਵਸ ਰਿਹਾ ਹੈ। ਮੈਂ ਅਚਰਜ ਤਾਕਤ ਵਾਲੇ ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ। ਇਸ ਵਾਸਤੇ ਇਸ ਕੱਜਲ ਭਰੀ ਕੋਠੜੀ ਸੰਸਾਰ ਵਿੱਚ ਰਹਿੰਦਿਆਂ ਵੀ ਮੈਂ ਵਿਕਾਰਾਂ ਦੀ ਕਾਲਖ ਨਾਲ ਕਾਲੀ ਨਹੀਂ ਹੋਈ। ਮੇਰਾ ਸਾਫ਼ ਸੁਥਰਾ ਰੰਗ ਹੀ ਟਿਕਿਆ ਰਿਹਾ ਹੈ। ਹੇ ਨਾਨਕ ਆਖ, ਹੇ ਭੈਣ, ਪ੍ਰਭੂ ਨੇ ਕਿਰਪਾ ਕਰਕੇ ਆਪਣੀ ਮਿਹਰਤੀ ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਿਆ, ਮੈਨੂੰ ਉਸਦਾ ਪ੍ਰੇਮ ਪ੍ਰਾਪਤ ਹੋਇਆ, ਮੈਨੂੰ ਉਸਦੀ ਭਗਤੀ ਦੀ ਦਾਤ ਮਿਲੀ। ਮੈਂ ਤ੍ਰਿਸ਼ਨਾ ਅੱਗ ਵਿੱਚ ਸੜ ਰਹੇ ਸੰਸਾਰ ਵਿੱਚ ਵੀ ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤ ਵਿੱਚ ਲੀਨ ਰਹਿੰਦੀ ਹਾਂ। ਕਿਤਾਬ ਸਿਮਰਨ ਦੀਆਂ ਬਰਕਤਾਂ, ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਭਾਗ ਪਹਿਲਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।